ਹਾਂਜੀ ਸਵਾਗਤ ਹੈ ਤੁਹਾਡਾ ਸਾਰੇ ਨਾ ਸਾਡੇ YouTube ਚੈਨਲ ਅਗਜਾਮਸਟ ਡੀਵੀਤ ਜੋਬ ਅਲਰਟ ਤੇ ਸੋ ਅੱਜ ਦੀ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ ਅੱਜ ਦੀਆਂ ਨਵੀਆਂ ਆਈਆਂ ਅਪਡੇਟਸ ਬਾਰੇ ਸੋ ਕੱਲ ਮੰਤਰੀ ਮੰਡਲ ਦੀ ਮੀਟਿੰਗ ਜਿਹੜੀ ਉਹ ਵੀ ਹੋਈ ਸੀਗੀ ਸੋ ਇਸ ਦੌਰਾਨ ਮੰਤਰੀ ਮੰਡਲ ਦੀ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਨੂੰ ਪ੍ਰਵਾਨਗੀ ਮਿਲੀ ਹੈ 9 ਸਤੰਬਰ ਦੀ ਛੁੱਟੀ ਕਰਨ 25000 ਮੁਲਾਜ਼ਮ ਜਿਹੜੇ ਪੱਕੇ ਹੋਣ ਜਾ ਰਹੇ ਨੇ ਇਸ ਤੇ ਕੀ ਸਰਕਾਰ ਨੇ ਜਿਹੜੀ ਸ਼ਰਤ ਰੱਖੀ ਹੈ ਕਿਹੜੇ-ਕਿਹੜੇ ਮੁਲਾਜ਼ਮ ਨੇ ਜਿਹੜੇ ਪੱਕੇ ਹੋਣਗੇ ਕਿ ਤੈਨੂੰ ਅਪਡੇਟਸ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਸੋ ਡੇਲੀ ਅਪਡੇਟ ਮਿਲਦੀ ਰਹੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਵਾਲ ਤੇ ਪ੍ਰੈਸ ਜਰੂਰ ਕਰ ਲਿਓ ਬਾਕੀ ਟੈਲੀਗ੍ਰਾਮ ਗਰੁੱਪ ਜੁਆਇਨ ਕਰਨਾ ਨਾ ਭੁੱਲਣਾ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਟੈਲੀਗ੍ਰਾਮ ਦਾ ਲਿੰਕ ਦਿੱਤਾ ਹੋਇਆ ਹੈ ਜਿੱਥੇ ਤੁਹਾਨੂੰ ਸਾਰੇ ਆਫੀਸ਼ੀਅਲ ਨੋਟੀਫਿਕੇਸ਼ਨ ਹੈ ਜਿਹੜੇ ਮਿਲ ਜਾਣਗੇ ਬਾਕੀ ਅੱਜ ਜੁਨੀਅਨ ਦੀ ਮੀਟਿੰਗ ਹੈ ਸਿੱਖਿਆ ਮੰਤਰੀ ਦੇ ਨਾਲ ਪੂਰੀ ਉਮੀਦ ਹੈ ਕਿ ਕੋਈ ਨਾ ਕੋਈ ਗੁੱਡ ਨਿਊਜ਼ ਜਿਹੜੀ ਆਏਗੀ ਜਿਵੇਂ ਹੀ ਅਪਡੇਟ ਆਏਗੀ ਨਾਲ ਦੀ ਨਾਲ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤਾਂ ਸ਼ੇਅਰ ਕਰਦੇ ਆ ਜੀ ਇੱਕ ਇੱਕ ਕਰਕੇ ਤੁਹਾਨੂੰ ਅਪਡੇਟਸ ਤਾਂ ਕੱਲ ਜਿਹੜੀ ਮੀਟਿੰਗ ਹੋਈ ਸੀ ਜਿਦੇ ਵਿੱਚ ਮੁਲਾਜ਼ਮ ਪੱਕੇ ਇੱਕ ਵੱਡੇ ਫੈਸਲੇ ਤਹਿਤ ਮੁੱਖ ਮੰਤਰੀ ਭਵਨਤਮਨ ਦੀ ਅਗਵਾਈ ਵਾਲੀ ਪੰਜਾਬ ਕੈਬਨਿਟ ਨੇ ਐਡ ਹਾਕ ਠੇਕੇ ਡੇਲੀ ਵੇਜ ਵਰਕ ਚਾਰਜਡ ਤੇ ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂ ਕਰਨ ਵਾਲੀ ਜੋ ਨੀਤੀ ਹੈ ਉਸ ਨੂੰ ਪ੍ਰਵਾਨਗੀ ਜਿਹੜੀ ਦੇ ਦਿੱਤੀ ਹੈ ਇਸ ਫੈਸਲੇ ਦੇ ਨਾਲ ਸੂਬਾ ਸਰਕਾਰ ਦੇ ਲਗਭਗ 9000 ਮੁਲਾਜ਼ਮਾਂ ਨੂੰ ਜਿਹੜਾ ਲਾਭ ਹੋਵੇਗਾ ਇਸ ਸਬੰਧੀ ਫੈਸਲਾ ਜਿਹੜਾ ਪੰਜਾਬ ਸਿਵਲ ਸਖਤਰੇ ਇੱਕ ਦੇ ਵਿੱਚ ਮੁੱਖ ਮੰਤਰੀ ਭਵੰਤਵਾਨ ਦੀ ਅਗਵਾਈ ਹੇਠ ਹੋਈ ਮੰਤਰੀ ਸਮੂਹ ਦੀ ਮੀਟਿੰਗ ਦੇ ਵਿੱਚ ਹੈ ਜਿਹੜਾ ਲਿਆ ਗਿਆ। ਇਸ ਸਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਗਰੁੱਪ ਸੀ ਅਤੇ ਗਰੁੱਪ ਡੀ ਦੇ ਪਦਰਿਆਂ ਅਸਾਮੀਆਂ ਦੀ ਬੇहद ਘਾਟ ਹੋਣ ਕਾਰਨ ਇਹਨਾਂ ਅਸਾਮੀਆਂ ਉੱਤੇ ਠੇਕੇ ਆਰਜੀ ਤੌਰ ਉੱਤੇ ਭਰਤੀ ਕੀਤੀ ਗਈ ਸੀ। ਇਹਨਾਂ ਵਿੱਚੋਂ ਕੁਝ ਮੁਲਾਜ਼ਮਾਂ ਨੂੰ ਕੰਮ ਕਰਦੇ ਹਨ 10 ਸਾਲ ਤੋਂ ਵੱਧ ਦਾ ਸਮਾਂ ਜਿਹੜਾ વીਤ ਚੁੱਕਿਆ ਹੈ ਅਤੇ ਉਹਨਾਂ ਆਪਣੀ ਜ਼ਿੰਦਗੀ ਦੇ ਅਹਿਮ ਸਾਲ ਸੂਬੇ ਦੀ ਸੇਵਾ ਲਈ ਦਿੱਤੇ ਨੇ ਕੈਬਨਟ ਦਾ ਤਰਕ ਸੀ ਕਿ ਇਸ ਪੱਧਰ ਉੱਤੇ ਜਾ ਕੇ ਹੁਣ ਇਨ੍ਹਾਂ ਮੁਲਾਜ਼ਮਾਂ ਨੂੰ ਫਾਰਗ ਕਰਨ ਜਾਂ ਇਨ੍ਹਾਂ ਹੀ ਤਾਂ ਹੋਰ ਭਰਤੀ ਕਰਨੀ ਇਨ੍ਹਾਂ ਮੁਲਾਜ਼ਮਾਂ ਨਾਲ ਸਰਾਸਰ ਬੇਨਸਾਪੀ ਅਤੇ ਅਟਕਵੀ ਹੈ ਇਨ੍ਹਾਂ ਠੇਕੇ ਦੇ ਆਧਾਰ ਉੱਤੇ ਕੰਮ ਕਰਦੇ ਕੱਚੇ ਮੁਲਾਜ਼ਮਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹਾਂ ਸੂਬਾ ਸਰਕਾਰ ਨੇ ਭਾਰਤੀ ਸੰਵਿਧਾਨ ਦੀ ਦੂਜੀ ਸੂਚੀ ਦੇ 41ਵੇਂ ਇੰਦਰਾਜ ਨਾਲ ਧਾਰਾ 162 ਅਧੀਨ ਐਡ ਹਾਕ ਠੇਕੇ ਡੇਲੀ ਵੇਜ ਵਰਕ ਚਾਰਜਡ ਤੇ ਕੱਚੇ ਮੁਲਾਜ਼ਮਾਂ ਦੀ ਭਲਾਈ ਦੀ ਨੀਤੀ ਬਣਾਈ ਹੈ ਤਾਂ ਕਿ ਜਿਹੇ ਮੁਲਾਜ਼ਮਾਂ ਨੂੰ ਵੇਗਿਨੀ ਦੇ ਮਾਹੌਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਦੀ ਨੌਕਰੀ ਸੁਰੱਖਿਤ ਹੋਣੀ ਯਕੀਨੀ ਬਣੇ ਸੂਬਾ ਸਰਕਾਰ ਨੇ ਜਿਹੇ ਯੋਗਤਾ ਦੇ ਯੋਗ ਮੁਲਾਜ਼ਮਾ ਜਿਹੜੇ ਯੋਗਤਾ ਸ਼ਰਤਾ ਪੂਰੀਆਂ ਕਰਨਗੇ ਦੀਆਂ ਸੇਵਾਵਾਂ ਨੂੰ 58 ਸਾਲ ਦੀ ਉਮਰ ਤੱਕ ਵਿਸ਼ੇਸ਼ ਕਾਡਰ ਵਿੱਚ ਪਾ ਕੇ ਪੱਕੀਆਂ ਕਰਨ ਲਈ ਨੀਤੀਗਤ ਫੈਸਲਾ ਜਿਹੜਾ ਕੀਤਾ ਹੈ ਸਿਰਫ ਪੰਜਾਬ ਦੇ ਪ੍ਰਬੰਧਕੀ ਵਿਭਾਗਾਂ ਤੇ ਅਦਾਰਿਆਂ ਵਿੱਚ ਲਈ ਗਰੁੱਪ ਸੀ ਅਤੇ ਗਰੁੱਪ ਡੀ ਦੀਆਂ ਅਸਾਮੀਆਂ ਲਈ ਬਣਾਈ ਇਸ ਨੀਤੀ ਨਾਲ 9000 ਤੋਂ ਵੱਧ ਮੁਲਾਜ਼ਮਾਂ ਨੂੰ ਲਾਭ ਹੈ ਜਿਹੜਾ ਮਿਲੇਗਾ ਤਾਂ ਅਗਲੀ ਅਪਡੇਟ ਆ ਗਈ ਜੀ 9 ਸਤੰਬਰ ਨੂੰ ਛੁੱਟੀ ਨੂੰ ਲੈ ਕੇ ਕਿੱਥੇ ਛੁੱਟੀ ਕੀਤੀ ਜਾਦੀ ਹੈ ਕਿਹੜੇ ਜ਼ਿਲ੍ਹੇ ਵਿੱਚ ਹੈ ਜਾਂ ਫਿਰ ਸਾਰੇ ਪੰਜਾਬ ਦੇ ਵਿੱਚ ਤਾਂ ਸ਼ਹਿਰ ਵਿੱਚ ਬਣਾਏ ਜਾ ਰਹੇ ਵਿਸ਼ਵ ਪ੍ਰਸਿੱਧ ਸ੍ਰੀ ਸਿੱਧ ਬਾਬਾ ਸੋਢਾ ਮੇਲੇ ਦੇ ਸਬੰਧ ਵਿੱਚ ਸਥਾਨਕ ਸਰਕਾਰੀ ਛੁੱਟੀ ਦਾ ਐਲਾਨ ਜਿਹੜਾ ਕੀਤਾ ਗਿਆ ਇਸ ਸਬੰਧੀ ਜਾਰੀ ਹਦਾਇਤਾਂ 'ਚ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਅਨੰਤ ਚੌਦਸਤੇ ਮਨਾਏ ਜਾ ਰਹੇ ਸ੍ਰੀ ਸਿੱਧ ਬਾਬਾ ਸੋਡਲ ਮੇਲੇ 'ਚ ਦੇਸ਼ ਵਿਦੇਸ਼ ਤੋਂ ਸੰਗਤਾਂ ਨੇ ਜਿਹੜੀਆਂ ਮੱਥਾ ਟੇਕਣ ਲਈ ਪਹੁੰਚਦੀਆਂ ਨੇ ਇਸ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨਗਰ ਨਿਗਮ ਪੁਲਿਸ ਤੇ ਟ੍ਰੈਫਿਕ ਵਿਭਾਗ ਸਿਹਤ ਵਿਭਾਗ ਸਮੇਤ ਲੋਕਾਂ ਨਾਲ ਸੰਬੰਧਿਤ ਭਾਗਾ ਵੱਲੋਂ ਸ਼ਰਧਾਲੂਆਂ ਨੂੰ ਹਰ ਤਰ੍ਹਾਂ ਦੀਆਂ ਸੇਵਾਵਾਂ ਨੇ ਜਿਹੜੀਆਂ ਮਹਈਆ ਕਰਵਾਈਆਂ ਜਾਂਦੀਆਂ ਨੇ ਇਸ ਕਾਰਨ 9 ਸਤੰਬਰ ਨੂੰ ਹਰ ਤਰ੍ਹਾਂ ਦੇ ਸਰਕਾਰੀ ਦਫ਼ਤਰ ਕਾਰਪੋਰੇਸ਼ਨ ਦਫ਼ਤਰ ਬੋਰਡ ਦਫ਼ਤਰ ਅਤੇ ਹਰ ਤਰ੍ਹਾਂ ਦੇ ਵਿਦਿਅਕ ਅਦਾਰੇ ਜਿਹੜੇ ਬੰਦ ਰਹਿਣਗੇ ਤਾਂ ਇਹ ਜਿਹੜੀ ਛੁੱਟੀ ਹੈ ਜਲੰਧਰ ਜ਼ਿਲ੍ਹੇ ਦੇ ਵਿੱਚ ਕੀਤੀ ਗਈ ਹੈ। ਸੋ ਕੇਵਲਾ ਜਲੰਧਰ ਜ਼ਿਲ੍ਹੇ ਦੇ ਵਿੱਚ ਇਹ ਛੁੱਟੀ ਹੋਣੀ ਹੈ ਕਿਉਂਕਿ ਉੱਥੇ ਜਿਹੜਾ ਬਾਬੇ ਨਾਲ ਸੰਬੰਧਤ ਹੈ ਜਿਹੜਾ ਮੇਲਾ ਹੁੰਦਾ ਹੈ ਬਾਬਾ ਸੋਡਲ ਮੇਲੇ ਦਾ ਸ੍ਰੀ ਸੱਦ ਦਾ ਬਾਬਾ ਸੋਡਲ। ਸੋ ਇਸ ਕਰਕੇ ਸੰਗਤ ਆਉਂਦੀ ਹੈ ਮਾਥਾ ਟੇਕਣ। ਹਰ ਇੱਕ ਵਿਭਾਗ ਦੀਆਂ ਡਿਊਟੀਆਂ ਲਗਾ ਦੀਆਂ ਨੇ ਤਾਂ ਇਸ ਕਰਕੇ ਸਾਰੇ ਜੋ ਸਰਕਾਰੀ ਦਫ਼ਤਰ ਨੇ, ਕਾਰਪੋਰੇਸ਼ਨ ਦਫ਼ਤਰ ਨੇ, ਬੋਰਡ ਦਫ਼ਤਰ ਨੇ ਅਤੇ ਵਿਦਿਅਕ ਅਦਾਰੇ ਇਹਨਾਂ ਵਿੱਚ ਛੁੱਟੀ ਕੀਤੀ ਗਈ ਹੈ। ਕਿ ਬੋਲੇ ਜਲੰਧਰ ਜ਼ਿਲ੍ਹੇ ਦੇ ਵਿੱਚ ਤਾਂ ਅਗਲੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਆਂ 25000 ਮੁਲਾਜ਼ਮਾਂ ਜਿਹੜੇ ਉਹ ਪੱਕੇ ਕੀਤੇ ਜਾਣਗੇ ਸੋ ਕੱਲ੍ਹ ਇਹ ਫੈਸਲਾ ਜਿਹੜਾ ਲਿਆ ਗਿਆ ਸੋ ਕਿਹੜੇ ਕਿਹੜੇ ਵਿਭਾਗ ਦੇ ਕਿੰਨੇ ਮੁਲਾਜ਼ਮ ਨੇ ਕਿਹੜੀ ਸ਼ਰਤ ਸਰਕਾਰ ਦੇ ਵੱਲੋਂ ਰੱਖੀ ਗਈ ਹੈ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ 10 ਸਾਲ ਦੀ ਸੇਵਾ ਪੂਰੀ ਕਰ ਚੁੱਕੇ ਪੰਜਾਬ ਸਰਕਾਰ ਦੇ ਕਰੀਬ 25000 ਠੇਕਾ ਮੁਲਾਜ਼ਮਾਂ ਨੂੰ ਆਮ ਆਦਮੀ ਪਾਰਟੀ ਦੇ ਸਰਕਾਰ ਵੱਲੋਂ ਰੈਗੂਲਰ ਜਿਹੜਾ ਕੀਤਾ ਜਾਵੇਗਾ ਪੰਜਾਬ ਮੰਤਰੀ ਮੰਡਲ ਨੇ ਸੋ ਕੱਲ੍ਹ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਇੱਕ ਰਿਪੋਰਟ ਹੈ ਜਿਹੜੀ ਉਪਰਵਾਨ ਕਰ ਲਈ ਹੈ। ਸੋ ਅੱਜ ਤੋਂ ਠੇਕਾ ਮੁਲਾਜ਼ਮਾਂ ਦਾ ਪਹਿਲਾ ਗਰੁੱਪ ਸਿੱਖਿਆ ਵਿਭਾਗ ਤੋਂ ਰੈਗੂਲਰ ਹੈ ਜਿਹੜਾ ਕੀਤਾ ਜਾਵੇਗਾ। ਜਿੱਥੇ ਸਿੱਖਿਆ ਵਿਭਾਗ ਵਿੱਚ ਠੇਕੇ ਤੇ ਕੰਮ ਕਰਦੇ 8000 ਮੁਲਾਜ਼ਮਾਂ ਨੂੰ ਲਾਭ ਮਿਲੇਗਾ। ਉੱਥੇ ਹੀ ਸਿਹਤ ਵਿਭਾਗ ਦੇ ਵਿੱਚ 6000 ਹੋਰ ਮੁਲਾਜ਼ਮਾਂ ਨੂੰ ਰੈਗੂਲਰਾਇਜ਼ਡ ਕੀਤਾ ਜਾਵੇਗਾ। ਟ੍ਰਾਂਸਪੋਰਟ ਤੇ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੂੰ ਵੀ ਫਾਇਦਾ ਹੋਵੇਗਾ। ਰੈਗੂਲਰ ਕੀਤੇ ਜਾਣ ਵਾਲੇ ਮੁਲਾਜ਼ਮਾਂ ਨੂੰ ਪੰਜਾਬ ਸਰਕਾਰ ਦੀ ਪਿਛਲੀ ਨੀਤੀ ਅਨੁਸਾਰ ਪਹਿਲੇ 3 ਸਾਲਾਂ ਦੀ ਸੇਵਾ ਲਈ ਮੂਲ ਤਨਖਾਹ ਜਿਹੜੀ ਦਿੱਤੀ ਜਾਵੇਗੀ ਉੱਚ ਸਰਕਾਰੀ ਅਧਿਕਾਰੀਆਂ ਨੇ ਕਿਹਾ ਕਿ ਇਹ ਨੀਤੀ ਇੱਕ ਵਾਰ ਦੀ ਨੀਤੀ ਹੋਵੇਗੀ ਇਸ ਦਾ ਮਤਲਬ ਹੈ ਕਿ ਸਿਰਫ 10 ਸਾਲ ਦੀ ਸੇਵਾ ਪੂਰੀ ਕਰਨ ਵਾਲੇ ਕਰਮਚਾਰੀਆਂ ਨੂੰ ਹੀ ਰੈਗੂਲਰ ਰੈਡਾ ਕੀਤਾ ਜਾਵੇਗਾ ਹਰੇਕ ਵਿਭਾਗ ਆਪਣੇ ਠੇਕੇ ਤੇ ਰੱਖੇ ਕਰਮਚਾਰੀਆਂ ਨੂੰ ਰੈਗੂਲਰ ਕਰਨ ਲਈ ਵੱਖਰੀ ਨੀਤੀ ਲਿਆਏਗਾ ਤੇ ਇੱਕ ਵੱਖਰਾ ਵਿਸ਼ੇਸ਼ ਕੇਡਰ ਜਿਹੜਾ ਹੋਵੇਗਾ ਇਹਨਾਂ ਮੁਲਾਜ਼ਮਾਂ ਨੂੰ ਵੱਖਰੇ ਕੇਡਰਾ ਦੀਨ ਲਿਆ ਕੇ ਰੈਗੂਲਰ ਰੈਡਾ ਕੀਤਾ ਜਾ ਰਿਹਾ ਹੈ ਇਹਨਾਂ ਠੇਕੇ ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਰੈਗੂਲਰ ਕਰਨ ਨਾਲ ਸੂਬਾ ਸਰਕਾਰ ਨੂੰ 400 ਕਰੋੜ ਰੁਪਏ ਤੋਂ ਵਾਧੂ ਦਾ ਖਰਚਾ ਜਿਹੜਾ ਚੱਲਣਾ ਪਵੇਗਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਕਮੇਟੀ ਸਬ ਕਮੇਟੀ ਨੇ ਕੱਲ ਜਿਹੜਾ ਸਵੇਰੇ ਮੁੱਖ ਮੰਤਰੀ ਭਵੰਤਮਨ ਦੀ ਅਗਵਾਈ ਵਾਲੀ ਕੈਬਨਿਟ ਨੂੰ ਆਪਣੀ ਰਿਪੋਰਟ ਹੈ ਜਿਹੜੀ ਉਹ ਦੇ ਦਿੱਤੀ ਹੈ ਕਮੇਟੀ ਨੇ ਸਿਫਾਰਸ਼ ਕੀਤੀ ਹੈ ਕਿ ਸਰਕਾਰ ਇੱਕ ਨੀਤੀ ਰਾਹੀਂ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਸ਼ੁਰੂ ਕਰੇ ਇਹ ਓਮਾ ਦੇਵੀ ਬਨਾਮ ਕਰਨਾਟਕ ਰਾਜ ਕੇਸ ਨੂੰ ਦਰਗਨਾਹ ਕਰਨ ਲਈ ਕੀਤਾ ਗਿਆ ਹੈ ਇਸੋ ਕਾਰਨ ਕਾਂਗਰਸ ਤੇ ਕਾਲੀ ਦਲ ਭਾਜਪਾ ਦੀਆਂ ਪਿਛਲੀਆਂ ਦੋ ਸਰਕਾਰਾਂ ਦੁਆਰਾ ਬਣਾਏ ਗਏ ਦੋ ਹੋਰ ਕਾਨੂੰਨ ਲਾਗੂ ਸੀ ਜਿਹੜੇ ਨਹੀਂ ਹੋ ਸਕੇ ਸੋ ਇਹ ਮੁਲਾਜ਼ਮਾ ਜਿਹੜੇ 10 ਸਾਲ ਤੋਂ ਆਪਾਂ ਪਹਿਲਾਂ ਹੀ ਅੰਦਾਜ਼ਾ ਲਗਾਏ ਸੀ ਕਿ ਦਿਨਾਂ ਦੇ 10 ਸਾਲ ਸੇਵਾ ਨਿਭਾਉਂਦਿਆਂ ਨੂੰ ਟਾਈਮ ਜਿਹੜਾ ਹੋ ਚੁੱਕਿਆ ਸੋ ਉਹ ਮੁਲਾਜ਼ਮਾ ਜਿਹੜੇ ਪੱਕੇ ਕੀਤੇ ਜਾਣਗੇ ਸੋ ਇਸ ਤੋਂ ਪਿੱਛੇ ਜੋ ਮੁਲਾਜ਼ਮਾ ਰਹਿ ਚੁੱਕੇ ਨੇ ਸੋ ਕਈ ਸਟਾਰਟਿੰਗ ਦੇ ਵਿੱਚ ਲੱਗੇ ਸੀ ਤਾਂ ਕਿਸੇ ਨੂੰ 3 ਸਾਲ ਹੋਇਆ ਕਿਸੇ ਨੂੰ 5 ਸਾਲ ਹੋਇਆ ਤਾਂ ਇਸ ਤੋਂ ਬਾਅਦ ਉਹਨਾਂ ਦੀ ਪ੍ਰੋਮੋਸ਼ਨ ਵੀ ਹੋ ਗਈ ਹੈ ਤਾਂ ਉਸ ਵਿਭਾਗ ਦੇ ਵਿੱਚ ਉਹਨੂੰ 3 ਸਾਲ ਹੋ ਗਏ ਨੇ ਸੋ ਇਹ ਮਸਲੇ ਦਾ ਹੱਲ ਸਰਕਾਰ ਕਿਵੇਂ ਕੱਢੇਗੀ ਕਿਸ ਤਰ੍ਹਾਂ ਉਹਦਾ ਸਮਾਂ ਜਿਹੜਾ ਸੇਵਾ ਕਾਲ ਦਾ ਮੰਨਿਆ ਜਾਏਗਾ ਇਹ ਆਉਣ ਵਾਲੀ ਦਿਨਾਂ ਦੇ ਵਿੱਚ ਕਲੀਅਰ ਹੋਏਗਾ ਇਸੇ ਤਰ੍ਹਾਂ ਹੀ ਐਜੂਕੇਸ਼ਨ ਵਿਭਾਗ ਦੇ ਵਿੱਚ ਕੱਚੇ ਅਧਿਆਪਕਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਏਗਾ ਸੋ ਇੱਕ ਕੱਲ ਹੀ ਅਪਡੇਟ ਆ ਗਈ ਸੀ ਜਿਹਦੇ ਵਿੱਚ ਸਿੱਖਿਆ ਪ੍ਰੋਵਾਈਡਰ ਸਿੱਖਿਆ ਵਲੰਟੀਅਰ ਅਤੇ ਜੋ ਠੇਕੇ ਤੇ ਸੇਵਾ ਨਿਭਾ ਰਹੇ ਨੇ ਅਧਿਪਕ ਉਹ ਸ਼ਾਮਲ ਨੇ ਤਾਂ ਉਹਦੇ ਵਿੱਚ ਵੀ ਇਹੀ ਸ਼ਰਤ ਹੈ ਸੋ ਲਗਭਗ ਰੇਗਰ ਨੂੰ 10 ਸਾਲ ਤੋਂ ਪਲੱਸ ਆਪਣੀ ਸੇਵਾ ਨੂੰ ਭਉਂਦਿਆਂ ਨੂੰ ਜਿਹੜੇ ਹੋ ਚੁੱਕੇ ਹੈ ਤਾਂ ਅਗਲੀ ਅਪਡੇਟ ਹੈ ਪੰਜਾਬ ਸਰਕਾਰ ਵੱਲੋਂ ਏ ਬੀ ਅਤੇ ਸੀ ਕੈਟਾਗਰੀ ਦੇ ਲੱਖਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਕਢਵਾਉਣ ਤੇ ਖਜ਼ਾਨੇ ਨੂੰ ਲਗਾਈ ਜ਼ੁਬਾਨੀ ਰੋਕ ਦੇ ਹੁਕਮ ਸਤੰਬਰ ਮਹੀਨੇ ਦੇ 5ਵੇਂ ਦਿਨ ਵੀ ਜਾਰੀ ਹੈ ਜਿਹੜੇ ਰਹਿ ਚੁੱਕੇ ਨੇ ਜਿਸ ਕਾਰਨ ਅੱਜ ਵੀ ਮੁਲਾਜ਼ਮਾਂ ਨੂੰ ਪਿਛਲੇ ਮਹੀਨੇ ਦੀ ਤਨਖਾਹ ਜਿਹੜੀ ਨਸੀਬ ਨਹੀਂ ਹੋ ਸਕੀ ਦੂਜੇ ਪਾਸੇ 5 ਸਤੰਬਰ ਨੂੰ ਅਧਿਆਪਕ ਦਿਵਸ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਮਾੜੇ ਆਰਥਿਕ ਪ੍ਰਬੰਧ ਕਾਰਨ ਹਜ਼ਾਰਾਂ ਅਧਿਆਪਕ ਵੀ ਤਨਖਾਹਾਂ ਨਾ ਮਿਲਣ ਦੇ ਪੱਖ ਨਰਾਸ਼ ਨੇ ਅਧਿਆਪਕ ਜਥੇਬੰਦੀ ਡੈਮੋਕਰੈਟਿਕ ਟੀਚਰਜ਼ ਫਰੰਟ ਡਟੀਐਫ ਨੇ ਇਸ ਮਾਮਲੇ ਵਿੱਚ ਆਪ ਸਰਕਾਰ ਦੀ ਗੈਰ ਜ਼ਿੰਮੇਵਾਰਾਨਾ ਕਾਰਜਸ਼ੈਲੀ ਦੀ ਸਖਤ ਨਕੀਦੀ ਜਿਹੜੀ ਕੀਤੀ ਹੈ ਡਟੀਐਫ ਦੇ ਜ਼ੂਬਾ ਪ੍ਰਧਾਨ ਵਿਕਰਮ ਦੇਵ ਸਿੰਘ ਜਨਰਲ ਸਕੱਤਰ ਮੁਕੇਸ਼ ਕੁਮਾਰ ਵਿੱਤ ਸਕੱਤਰ ਅਸ਼ਵਨੀ ਆਪ ਸਦੀ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਗਵਾਈ ਵਾਲੀ ਮਾਨ ਸਰਕਾਰ ਵੱਲੋਂ ਵੀ ਪਹਿਲੀਆਂ ਸਰਕਾਰਾਂ ਵਾਂਗ ਮਾੜੇ ਵਿੱਤੀ ਪ੍ਰਬੰਧ ਕਾਰਨ ਖਜ਼ਾਨੇ ਦਾ ਜਨਾਜ਼ਾ ਜਿਹੜਾ ਕੱਢਿਆ ਜਾ ਰਿਹਾ ਹੈ ਜਿਸ ਦਾ ਖਮਿਆਜਾ ਮੁਲਾਜ਼ਮਾਂ ਨੂੰ ਭੁਗਤਣਾ ਪੈ ਰਿਹਾ ਹੈ ਤਨਖਾਹਾਂ ਤੋਂ ਵਿਰਵੇ ਮੁਲਾਜ਼ਮਾਂ ਵੱਲੋਂ ਲੈ ਘਰੇਲੂ ਕਰਜ਼ੇ ਦੀਆਂ ਅਗਲੇ ਦਿਨਾਂ ਵਿੱਚ ਭਰੀਆਂ ਜਾਣ ਵਾਲੀਆਂ ਕਿਸ਼ਤਾਂ ਉੱਪਰ ਵੀ ਸਵਾਲੀਆ ਨਿਸ਼ਾਨੜਾ ਲੱਗ ਗਿਆ ਆਗੂ ਨੇ ਦੱਸਿਆ ਕਿ ਆਪ ਸਰਕਾਰ ਦੀਆਂ ਆਰਥਿਕ ਨੀਤੀਆਂ ਵੀ ਕਾਰਪੋਰੇਟਾਂ ਤਿੰਨ ਆਧਾਰਿਆਂ ਨੂੰ ਲਾਭ ਪਹੁੰਚਾਉਣ ਵਾਲੀਆਂ ਅਤੇ ਮਿਹਨਤ ਕਾਸ਼ ਲੋਕਾਂ ਦਾ ਖਜੂਮਬਰ ਕੱਢਣ ਵਾਲੀਆਂ ਨੀਤੀਆਂ ਨੇ ਡੀਟੀਐਫ ਦੇ ਸੂਬੇ ਆਗੂਆਂ ਗੁਰਪਿਆਰ ਸਿੰਘ ਕੋਟਲੀ ਰਜੀਵ ਬਰਨਾਲਾ ਜਗਪਾਲ ਬੰਗੀ ਬੀਨ ਸਿੰਘ ਫੂਲੇਵਾਲਾ ਰਗਵੀਰ ਸਿੰਘ ਪਵਾਨੀਗੜ ਅਤੇ ਬਾਕੀ ਸਾਰੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਵੱਲੋਂ ਅਧਿਆਪਕ ਦੇਵ ਸਮੂਹਕ ਅਧਿਆਪਕਾਂ ਨੂੰ ਮਾਨ ਸਨਮਾਨ ਦੇਣ ਦੇ ਫੋਕੇ ਦਾਅਵੇ ਕੀਤੇ ਜਾ ਰਹੇ ਨੇ ਜਦਕਿ ਪੰਜਾਬ ਸਰਕਾਰ ਤਾਂ ਅਧਿਆਪਕਾਂ ਦੀ ਲੰਗੇ ਮਹੀਨੇ ਦੀ ਤਰਖਾਣ ਉਹ ਵੀ ਸਮੇਂ ਸਿਰ ਦੇਣ ਦੇ ਵਿੱਚ ناکਾਮ ਜਾਵਾ ਜਿਹੜੀ ਹੋ ਰਹੀ ਹੈ ਸੋ ਇਸ ਦੌਰਾਨ ਆਗੂਆਂ ਨੇ ਮੰਗ ਕੀਤੀ ਹੈ ਕਿ ਏ ਬੀ ਅਤੇ ਸੀ ਕੈਟਾਗਰੀ ਦੇ ਮੁਲਾਜ਼ਮਾਂ ਦੀਆਂ ਤਨਖਾਹਾਂ ਘਟਾਉਣ ਤੇ ਖਜ਼ਾਨੇ ਨੂੰ ਲਗਾਏ ਜਵਾਨੀ ਰੋਕ ਦੇ ਹੁਕਮ ਫੋਰੀ ਵਾਪਸ ਲਏ ਜਾਣ ਜੇ ਆ ਨਾ ਹੋਣ ਦੀ ਸੂਰਤ ਦੇ ਵਿੱਚ ਮੁਲਾਜ਼ਮ ਵਰਗ ਪੰਜਾਬ ਸਰਕਾਰ ਖਿਲਾਫ ਸੰਘਰਸ਼ ਕਰਨ ਲਈ ਮਜਬੂਰ ਹੈ ਜਿਹੜਾ ਹੋਵੇਗਾ ਸੋ ਕਿਤੇ ਇਹ ਅਪਡੇਟ ਆਈਆਂ ਨੇ ਏਦੋਂ ਪਹਿਲਾਂ ਜੇ ਮੁਲਾਜ਼ਮ ਪੱਕੇ ਹੋ ਜਾਣਗੇ ਇਹਨਾਂ ਤਨਖਾਹਾਂ ਦਾ ਲਾਭ ਮਿਲੇਗਾ ਪੱਤੇ ਵਿੱਚ ਵਾਅਦਾ ਕੀਤਾ ਗਿਆ ਤਾਂ ਦੂਸਰੇ ਪਾਸੇ ਯੂਨੀਅਨ ਵੱਲੋਂ ਚਿੱਟਾ ਸ਼ੀਸ਼ਾ ਜਿਹੜਾ ਦਿਖਾਇਆ ਗਿਆ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਨੂੰ ਬੇਨਕਾਬ ਜਿਹੜਾ ਕੀਤਾ ਗਿਆ ਸੋ ਅਧਿਆਪਕ ਦਿਵਸ ਤੋਂ ਸੀ ਹਜੇ ਤੱਕ ਅਧਿਆਪਕਾਂ ਨੂੰ ਜੋ ਨਿਗੂਣੀ ਆ ਤਨਖਾਹ ਤੇ ਉਹ ਕੰਮ ਕਰਦੇ ਨੇ ਉਹ ਤਨਖਾਹਾਂ ਵੀ ਹਾਲੇ ਤੱਕ ਨਹੀਂ ਮਿਲੀਆਂ ਸੋ ਹਰ ਇੱਕ ਅਧਿਆਪਕ ਦਾ ਆਪਣਾ ਪਰਿਵਾਰ ਹੁੰਦਾ ਹੈ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਵੇਂ ਇਹਦੇ ਵਿੱਚ ਹੀ ਗੱਲ ਨਿਕਲ ਕੇ ਆਉਂਦੀ ਹੈ ਕਿ ਅੱਗੇ ਜਿਹੜੀਆਂ ਉਹਨਾਂ ਨੇ ਕਿਸ਼ਤਾਂ ਭਰ ਨਹੀਂ ਆਉਂਦੀਆਂ ਨੇ ਤਾਂ ਉਸ ਤੇ ਵੀ ਉਹਨਾਂ ਦਾ ਜਿਹੜਾ ਕੈਰੇਕਟਰ ਹੈ ਉਹ ਖਰਾਬ ਹੋ ਰਿਹਾ ਹੈ ਸੋ ਇਹ ਸਾਰੀ ਗੱਲ ਇਸ ਜੂਨੀਅਨ ਵੱਲੋਂ ਸਾਂਝੀ ਹੈ ਜਿਹੜੀ ਕੀਤੀ ਗਈ ਸੋ ਇਹ ਅਪਡੇਟਸ ਨੇ ਜੋ ਵੀ ਅਪਡੇਟਸ ਆਈਆਂ ਨੇ ਕੱਲ੍ਹ ਦੀਆਂ ਤੇ ਅੱਜ ਦੀਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਨੇ ਬਾਕੀ ਅੱਗੇ ਜੋ ਆਪਡੇਟਸ ਆਉਂਦੇ ਰਹਿਣਗੀਆਂ ਹਰ ਇੱਕ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦ